ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਦੋਸਤਾਂ ਮਿੱਤਰਾਂ ਨੂੰ। ਕੀ ਹਾਲ ਚਾਲ ਜੀ? ਅਤੇ ਅਰਦਾਸ ਕਰਦੇ ਹਾਂ ਪਰਮਾਤਮਾ ਅੱਗੇ ਕਿ ਸਾਰੇ ਮੇਰੇ ਦੋਸਤ ਮਿੱਤਰ ਵਧੀਆ ਹੀ ਹੋਣਗੇ। ਲਓ ਵੀਰ ਜੀ, ਆਪਾਂ ਜਿਹੜੀ ਅੱਜ ਵੀਡੀਓ ਬਣਾਉਣ ਜਾ ਰਹੇ ਹਾਂ ਨਾ, ਇਹ ਵੀਰ ਜੀ ਹੈਗੀ ਆ ਕਿ ਇਟਲੀ ਦੇ ਵਿੱਚ ਕਿ ਜਿਹੜੀ ਨਵਾਂ ਕਾਨੂੰਨ ਇੱਥੇ ਲਾਗੂ ਹੋ ਗਿਆ ਵਾ ਪਾਸਪੋਰਟ ਬਾਰੇ, ਕਿ ਇਟਾਲੀਅਨ ਪਾਸਪੋਰਟ ਜਿਹੜਾ ਵਾ ਉਹਨੂੰ ਮਤਲਬ ਕਿ ਲੈਣ ਲੱਗਿਆ ਹੁਣ ਆਪਾਂ ਨੂੰ ਹੁਣ ਕਿੰਨੀ ਵੇਟ ਕਰਨੀ ਪਊਗੀ? 2 ਸਾਲ ਵੇਟ ਕਰਨੀ ਪਊਗੀ ਜਾਂ 4 ਸਾਲ ਵੇਟ ਕਰਨੀ ਪਊਗੀ? ਇਹਦੇ ਬਾਰੇ ਵੀਰ ਜੀ ਆਪਾਂ ਅੱਜ ਗੱਲਬਾਤ ਕਰਾਂਗੇ ਕਿ ਜਿਹੜੀ ਇਹ ਖਬਰ ਆ ਜਿਹੜੀ ਇੱਥੇ ਉੱਡੀ ਪਈ ਇਟਲੀ ਦੇ ਵਿੱਚ, ਇਹ ਕਿੰਨੀ ਕੁ ਸਹੀ ਆ ਅਤੇ ਕਿੰਨੀ ਕੁ ਗਲਤ ਆ। ਠੀਕ ਆ ਵੀਰ ਜੀ, ਇਹਦੇ ਬਾਰੇ ਆਪਾਂ ਅੱਜ ਗੱਲਬਾਤ ਕਰਾਂਗੇ। ਅਤੇ ਬਾਕੀ ਸਭ ਹਮੇਸ਼ਾ ਦੀ ਤਰ੍ਹਾਂ ਕਿ ਜਿਹੜੇ ਵੀ ਮੇਰੇ ਵੀਰ ਨੇ ਕਿਸੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਏ ਅਤੇ ਨਾਲ ਹੀ ਬੈੱਲ ਆਈਕੋਨ 'ਤੇ ਵੀ ਕਲਿੱਕ ਜ਼ਰੂਰ ਕਰ ਲਏ ਤਾਂ ਜੋ ਆਉਣ ਵਾਲੀ ਕੋਈ ਵੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਉਹਨਾਂ ਨੂੰ ਮਿਲ ਸਕੇ। ਲਓ ਜੀ ਵੀਰ ਜੀ, ਗੱਲ ਇੱਦਾਂ ਕਿ ਬਹੁਤ ਕਾਫੀ ਸਮਾਂ ਹੋ ਗਿਆ ਵਾ ਕਿ ਇਸ 'ਚ ਟੋਪਿਕ 'ਤੇ ਬਹੁਤ ਗੱਲ ਚੱਲ ਰਹੀ ਇਟਲੀ ਦੇ ਵਿੱਚ, ਅਤੇ ਇਟਲੀ ਦੇ ਵਿੱਚ ਜਿਹੜੇ ਹੁਣ ਕਾਨੂੰਨ ਆ ਉਹ ਵੀ ਬਹੁਤ ਜ਼ਿਆਦਾ ਸਖਤ ਹੋ ਚੁੱਕੇ ਆ, ਅਤੇ ਜਿਹੜੇ ਮੇਰੇ ਵੀਰ ਹੈਗੇ ਆ ਬਿਨਾਂ ਪੇਪਰਾਂ ਤੋਂ, ਉਹਨਾਂ ਤੋਂ ਪਤਾ ਹੀ ਹੋਣਾ ਵਾ ਕਿ ਬਹੁਤ ਜ਼ਿਆਦਾ ਰੂਲ ਸਖਤ ਹੋਏ ਪਏ ਆ, ਅਤੇ ਹੁਣ ਉਹਨਾਂ ਨੇ ਪੇਪਰਾਂ ਵਾਲਿਆਂ ਬੰਦਿਆਂ ਵਾਸਤੇ ਵੀ ਜਿਹੜੇ ਰੂਲ ਆ ਉਹ ਕਾਫੀ ਸਖਤ ਕਰਤੇ ਆ। ਅਤੇ ਵਾਹਵਾ ਦਿਨਾਂ ਤੋਂ ਇਹ ਜਿਹੜੀ ਖਬਰ ਮ ਕੇ ਮੈਂ ਵੀ ਸੁਣ ਰਿਹਾ ਸੀ ਇਟਲੀ ਵਿੱਚ, ਬਟ ਮੈਨੂੰ ਇਹ ਕਿ ਮੈਨੂੰ ਕੋਈ ਸ਼ੋਰ ਜਿਹਾ ਨਹੀਂ ਹੋਣ ਦਿਆ ਸੀ ਕਿ ਹਾਂਜੀ ਕਿ ਇਹ ਜਿਹੜੀ ਖਬਰ ਹੈਗੀ ਆ ਇਹ ਬਿਲਕੁਲ ਸਹੀ ਆ ਜਾਂ ਗਲਤ ਆ, ਹੈ ਨਾ। ਜਿਸ ਤਰ੍ਹਾਂ ਕਿ ਮੈਂ ਆਪਣੇ ਯਾਰਾਂ ਦੋਸਤਾਂ ਨਾਲ ਇੱਥੇ ਗੱਲਬਾਤ ਕਰਦਾ ਰਹਿੰਦਾ, ਪੁੱਛਦਾ ਰਹਿੰਦਾ ਕਿ ਹਾਂਜੀ, ਅਤੇ ਕਿਸੇ ਨੂੰ ਵੀ ਯਾਨੀ ਕਿ ਕੋਈ ਸਹੀ ਨੌਲੇਜ ਨਹੀਂ ਕੋਈ ਮੈਨੂੰ ਦੇ ਰਿਹਾ ਸੀ ਕਿ ਜਿਵੇਂ ਕਿ ਮੈਂ ਤੁਹਾਨੂੰ ਵੀਡੀਓ ਬਣਾ ਕੇ ਦੱਸ ਸਕਾਂ ਕਿ 100% ਦੱਸ ਸਕਾਂ ਕਿ ਜਿਹੜੇ ਇਹ ਕਾਨੂੰਨ ਆਇਆ ਵਾ ਕਿ ਪਹਿਲਾਂ 2 ਸਾਲ ਦੀ ਵੇਟ ਕਰਨੀ ਪੈਂਦੀ ਸੀ ਪਾਸਪੋਰਟ ਅਪਲਾਈ ਕਰਨ ਤੋਂ ਬਾਅਦ, ਅਤੇ ਹੁਣ ਆਪਾਂ ਨੂੰ 4 ਸਾਲ ਦੀ ਵੇਟ ਕਰਨੀ ਪਊਗੀ ਇਹਦੇ ਬਾਰੇ, ਹੈ ਨਾ। ਅਤੇ ਹੋਰ ਵੀ ਮੈਂ ਕੁਛ ਸੁਣਿਆ ਸੀ ਕਿ ਕਹਿੰਦੇ ਜੀ 14 ਸਾਲ ਲੱਗਣੇ ਇਟਲੀ ਵਿੱਚ ਪੱਕੇ ਹੋਣ ਨੂੰ, ਹੈ ਨਾ। ਉਹ ਵੀ ਜੀ ਸਭ ਕੁਛ ਇਹਦੇ ਬਾਰੇ ਹੀ ਆਪਾਂ ਅੱਜ ਗੱਲਬਾਤ ਕਰਾਂਗੇ ਕਿ ਕੀ ਹਿਸਾਬ ਕਿਤਾਬ ਹੈ, ਇਹ ਜਿਹੜੀਆਂ ਖਬਰਾਂ ਵਾ ਇਹ ਕਿੰਨੀ ਕੁ ਸਹੀ ਆ ਕਿ ਕਿੰਨੀ ਕੁ ਗਲਤ ਆ। ਲਓ ਜੀ ਸ਼ੁਰੂ ਕਰਦੇ ਹਾਂ ਆਪਾਂ ਸਭ ਤੋਂ ਪਹਿਲਾਂ ਕਿ ਇਟਲੀ ਦੇ ਵਿੱਚ 14 ਸਾਲ ਆਪਾਂ ਨੂੰ ਪੱਕੇ ਹੋਣ ਲੱਗਿਆਂ ਲੱਗਣੇ ਆ। 14 ਸਾਲ ਦਾ ਵੀਰ ਜੀ ਮਤਲਬ ਇਹ ਹੈਗਾ ਵਾ ਕਿ ਜਿਹੜਾ ਵੀ ਬੰਦਾ ਕੋਈ ਇਟਲੀ ਦੇ ਵਿੱਚ ਐਂਟਰ ਹੁੰਦਾ, ਠੀਕ ਆ, ਪੱਕੇ ਪੇਪਰਾਂ 'ਤੇ ਜਾਂ ਪੱਕੇ ਤੌਰ 'ਤੇ, ਫੋਰ ਐਗਜ਼ਾਮਪਲ ਕਿ ਕੋਈ ਫੈਮਿਲੀ ਵਾਲਾ ਬੰਦਾ ਆਉਂਦਾ ਵਾ ਇੱਥੇ ਪੱਕਾ, ਠੀਕ ਆ, ਜਾਂ ਫਿਰ ਕੋਈ ਮੈਰਿਜ ਤੌਰ 'ਤੇ ਕੋਈ ਆਉਂਦਾ ਵਾ ਪੱਕਾ ਇੱਥੇ ਜਾਂ ਮੈਰਿਜ ਕਰਾ ਕੇ, ਠੀਕ ਆ, ਜਾਂ ਲੜਕਾ ਜਾਂ ਲੜਕੀ, ਉਹਨਾਂ ਵਾਸਤੇ ਵੀਰ ਜੀ ਜਿਹੜੇ ਹੈਗੇ ਨਾ 14 ਸਾਲ ਵਾਲੀ ਜਿਹੜੀ ਗੱਲ ਹੋਈ ਆ ਕਿ 14 ਸਾਲ ਵੇਟ ਕਰਨੀ ਪੈਣੀ ਆ, ਇਹ ਉਹਨਾਂ ਵੀਰਾਂ ਵਾਸਤੇ ਆ। ਉਹ 14 ਸਾਲ ਇਸ ਤਰੀਕੇ ਦੇ ਨਾਲ ਵੇਟ ਕਰਨੀ ਪੈਣੀ ਆ ਕਿ 10 ਸਾਲ ਤਾਂ ਆਪਾਂ ਨੂੰ ਪਹਿਲਾਂ ਇੱਥੇ, ਠੀਕ ਆ, ਰਹਿਣਾ ਪੈਣਾ ਵਾ, ਆਪਣਾ ਰੈਜੀਡੈਂਸ ਆਪਾਂ ਨੂੰ ਸ਼ੋਅ ਕਰਨਾ ਪੈਣਾ ਵਾ ਕਿ ਆਪਾਂ 10 ਸਾਲ ਇਟਲੀ ਦੇ ਵਿੱਚ ਸਹੀ ਤਰੀਕੇ ਦੇ ਨਾਲ ਰਹਿ ਰਹੇ ਹਾਂ, ਠੀਕ ਆ, ਰੈਜੀਡੈਂਸ ਆਪਣਾ ਇੱਥੇ 10 ਸਾਲ ਦਾ ਪੱਕਾ ਹੋਏਗਾ ਵਾ, ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਜਿਹੜੇ 4 ਸਾਲ ਦੀ ਗੱਲ ਚੱਲਣ ਦੀ ਆ ਉਹ ਕੀ ਆ, ਉਹ ਹੈਗਾ ਕਿ ਜਦੋਂ ਆਪਾਂ ਪਾਸਪੋਰਟ 10 ਸਾਲਾਂ ਬਾਅਦ ਆਪਾਂ ਜਦੋਂ ਪਾਸਪੋਰਟ ਅਪਲਾਈ ਕਰ ਦਿੰਦੇ ਹਾਂ, ਪਹਿਲਾਂ ਇੱਥੇ ਰੂਲ ਹੈਗੇ ਸੀ ਕਿ 2 ਸਾਲ ਕਿ 2 ਸਾਲ ਆਪਾਂ ਨੂੰ ਵੇਟ ਕਰਨੀ ਪੈਂਦੀ ਸੀ ਕਿ 2 ਸਾਲਾਂ ਦੇ ਵਿੱਚ ਵਿੱਚ ਆਪਾਂ ਨੂੰ ਪਾਸਪੋਰਟ ਮਿਲ ਜਾਂਦਾ ਸੀ, ਠੀਕ ਆ। ਅਤੇ ਬਟ ਹੁਣ ਇਹਨਾਂ ਨੇ ਕੀ ਰੂਲ ਕਰਤੇ ਆ, ਇਹ ਰੂਲ ਜਿਹੜੇ ਆ ਯਾਨੀ ਕਿ ਪਹਿਲਾਂ ਤਾਂ ਸਿਰਫ ਸੁਣ ਸੁਣਾਈ ਵਾਲੀ ਗੱਲ ਸੀ, ਬਟ ਹੁਣ ਮੈਨੂੰ ਇਹ ਪਤਾ ਲੱਗਾ ਵਾ ਕਿ ਇਹ ਜਿਹੜੇ ਰੂਲ ਆ ਇਹ ਇੱਥੇ ਲਾਗੂ ਹੋ ਚੁੱਕੇ ਆ, ਠੀਕ ਹੈ ਜੀ, ਲਾਗੂ ਇਹ ਹੋ ਚੁੱਕੇ ਆ ਕਿ ਹੁਣ ਜਦੋਂ ਵੀ ਕੋਈ ਵੀ ਆਪਾਂ ਇਟਾਲੀਅਨ ਪਾਸਪੋਰਟ ਅਪਲਾਈ ਕਰਾਂਗੇ, ਠੀਕ ਆ, 10 ਸਾਲਾਂ ਬਾਅਦ ਆਪਾਂ ਨੂੰ 4 ਸਾਲ ਦੀ ਵੇਟ ਕਰਨੀ ਪੈਣੀ ਆ ਪਾਸਪੋਰਟ ਲੈਂਦਿਆਂ ਲੈਂਦਿਆਂ, ਠੀਕ ਹੈ ਜੀ। ਇਹਦੇ ਬਾਰੇ ਮਤਲਬ ਕਿ ਪਹਿਲਾਂ ਤਾਂ ਇਹੋ ਗੱਲਬਾਤ ਮਾੜੀ ਮੋਟੀ ਚੱਲਣ ਦੇ ਸੀ, ਬਟ ਇਹ ਵਾ ਕਿ ਹੁਣ ਸ਼ੋਰ ਹੋ ਗਿਆ ਵਾ, ਲਾਗੂ ਹੋ ਗਿਆ ਵਾ ਰੂਲ। ਇਹ ਸਪੈਸ਼ਲ ਮੈਂ ਕਿਸੇ ਮੇਰੇ ਵੀਰ ਨੇ ਪਾਸਪੋਰਟ ਅਪਲਾਈ ਕੀਤਾ ਵਾ, ਉਹਨੂੰ ਅਪਲਾਈ ਕੀਤੇ ਨੂੰ 1.5-2 ਸਾਲ ਹੋ ਗਏ ਆ, ਠੀਕ ਹੈ। ਜਿਵੇਂ ਕਿ ਉਹਦੀ ਫਾਈਲ ਜਿਹੜੀ ਸੀ ਪਹਿਲਾਂ ਤਾਂ ਬਹੁਤ ਵਧੀਆ ਚੱਲ ਰਹੀ ਸੀ, ਠੀਕ ਹੈ, ਕਿਉਂਕਿ ਆਪਾਂ ਨੈੱਟ ਦੇ ਉੱਤੇ ਵੀ ਆਪਾਂ ਵੇਖ ਸਕਦੇ ਹਾਂ
ਕਿਸ ਤਰੀਕੇ ਨਾਲ ਆਪਣਾ ਜਿਹੜਾ ਵਾ ਅਪਲਾਈ ਕੀਤਾ, ਪਾਸਪੋਰਟ ਆਪਣਾ ਕਿੱਥੇ ਕੁ ਪਹੁੰਚਿਆ ਵਾ। ਅਤੇ ਜੋ ਮੈਨੂੰ ਉਹਨੇ ਦੱਸਿਆ ਵਾ ਕਿ ਜਿਹਨੇ ਅਪਲਾਈ ਕੀਤਾ ਵਾ ਉਹਨਾਂ ਨੇ ਮੈਨੂੰ ਇਹ ਦੱਸਿਆ ਵਾ ਕਿ ਉਹਨਾਂ ਦੀ ਜਿਹੜੀ ਫਾਈਲ ਸੀ ਪਹਿਲਾਂ ਤਾਂ ਮਤਲਬ ਕਿ ਉਹਨਾਂ ਦਾ ਉੱਥੇ ਨਿਸ਼ਾਨ ਹੋਣ ਲੱਗ ਪਿਆ ਸੀ ਓਕੇ ਓਕੇ ਦਾ। ਹੁਣ ਉਸ ਤੋਂ ਬਾਅਦ ਕੀ ਹੋਇਆ ਵਾ ਕਿ ਜਦੋਂ ਦਾ ਇਹ ਰੂਲ ਲਾਗੂ ਹੋ ਚੁੱਕੇ ਆ ਅਤੇ ਹੁਣ ਉਹਨਾਂ ਦੀ ਜਿਹੜੀ ਫਾਈਲ ਆ ਉਹ ਫਿਰ ਪਛਾਣ ਜਾਣੀ ਸ਼ੁਰੂ ਹੋ ਗਈ। ਪਛਾਣ ਜਾਣੀ ਦਾ ਮਤਲਬ ਕਿ ਉਹਨਾਂ ਨੇ ਜਿਹੜੇ ਰੂਲ ਆ ਉਹਨਾਂ ਨੂੰ ਫਿਰ ਹੁਣ ਵੇਟ ਕਰਨਗੇ, ਉਹ ਫਿਰ ਜਾਣਗੇ। ਬਹੁਤ ਜ਼ਿਆਦਾ ਮਤਲਬ ਕਿ ਉਹਨਾਂ ਨੇ ਜਿਹੜੇ ਪੇਪਰਾਂ ਵਾਲੇ ਬੰਦੇ ਆ ਉਹਨਾਂ ਨੂੰ ਵੀ ਇਹਨਾਂ ਨੇ ਜਿਹੜੀ ਨਵੀਂ ਗੌਰਮੈਂਟ ਆ ਇੰਨੇ ਪੰਗੇ ਪਾਏ ਹੋਏ ਆ, ਯਾਨੀ ਕਿ ਪੰਗੇ ਪਾ ਦਿੱਤੇ ਆ। ਅਤੇ ਇਹ ਆਪਾਂ ਛੋਟੀ ਜਿਹੀ ਅੱਜ ਵੀਡੀਓ ਬਣਾਉਣੀ ਸੀ, ਇਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਸੀ ਸਾਰਿਆਂ ਵੀਰਾਂ ਨੂੰ ਕਿ ਹਾਂਜੀ ਜੀ ਮਤਲਬ ਕਿ ਇਟਲੀ ਦੇ ਵਿੱਚ ਆਪਾਂ ਨੂੰ ਹੁਣ ਜਦੋਂ ਵੀ ਕੋਈ ਆਪਣਾ ਪਾਸਪੋਰਟ ਅਪਲਾਈ ਹੋਣਾ ਵਾ ਇੱਥੇ ਜਾਂ ਕਿਸੇ ਤਰੀਕੇ ਦੇ ਨਾਲ ਆਪਾਂ ਪਾਸਪੋਰਟ ਅਪਲਾਈ ਕਰਨਾ ਵਾ ਉਹਦੇ ਵਾਸਤੇ ਆਪਾਂ ਨੂੰ 4 ਸਾਲ ਵੇਟ ਕਰਨੀ ਪੈਣੀ ਹੈ। 4 ਤੇ 10 ਤੇ 4 14 ਸਾਲ ਕਹਿਣ ਦਾ ਮਤਲਬ ਕਿ ਰਾਮ ਵਾਲਾ ਬਨਵਾਸ, ਜਿਹੜੀ ਗੱਲ ਸੁਣੀ ਸੀ ਆਪਾਂ ਕਿ ਰਾਮ ਨੇ ਬਨਵਾਸ ਕੀਤਾ ਸੀ 14 ਸਾਲਾਂ ਬਾਅਦ ਉਹ ਅਯੁੱਧਿਆ ਪਹੁੰਚਿਆ ਸੀ ਵਾਪਸ, ਉਹ ਬਸ ਉਸੇ ਤਰੀਕੇ ਨਾਲ ਲਾ ਲਓ ਕਿ ਆਪਾਂ ਨੂੰ ਹੁਣ ਜਿਹੜੇ ਮੇਰਾ ਵੀਰ ਕੋਈ ਇੱਥੇ ਨਵਾਂ ਐਂਟਰ ਹੁੰਦਾ ਵਾ, ਠੀਕ ਆ, ਅਤੇ ਉਹਨੂੰ 14 ਸਾਲ ਤੱਕ ਵੇਟ ਕਰਨੀ ਪੈਣੀ ਆ ਕਿ 14 ਸਾਲ ਦੇ ਵਿੱਚ ਉਹਨੂੰ ਵੀਰ ਨੂੰ ਪਾਸਪੋਰਟ ਮਿਲੂਗਾ, ਠੀਕ ਆ। ਜਿਹੜਾ ਵੀ ਕੋਈ ਮੇਰਾ ਵੀਰ 18 ਸਾਲ ਤੋਂ ਉੱਪਰ ਜਿਹੜਾ ਵਾ ਉਹ ਐਂਟਰ ਹੁੰਦਾ ਵਾ ਇੱਥੇ, ਠੀਕ ਆ ਜੀ। ਅਤੇ ਬਾਕੀ ਆਪਾਂ ਹੋਰ ਵੀ ਮੇਰੇ ਵੀਰਾਂ ਦੇ ਬੜੇ ਸਵਾਲ ਹੈਗੇ ਆ, ਉਹ ਪੇਪਰਾਂ ਬਾਰੇ ਮੇਰਾ ਵੀਰ ਹਰ ਕੋਈ ਇਹੋ ਕਹਿੰਦਾ ਕਿ ਪੇਪਰਾਂ ਬਾਰੇ ਦੱਸੋ ਕਿ ਜਿਹੜੇ ਪੇਪਰ ਇੱਥੇ ਅਪਲਾਈ ਹੋਏ ਆ ਉਹਨਾਂ ਬਾਰੇ ਦੱਸੋ ਕਿ ਉਹਨਾਂ ਦਾ ਕੀ ਪ੍ਰੋਸੀਜਰ ਆ, ਨਿਕਲ ਰਹੇ ਆ ਕਿ ਨਹੀਂ ਨਿਕਲ ਰਹੇ। ਅਤੇ ਵੀਰ ਜੀ ਗੱਲ ਇੱਦਾਂ ਵਾ ਕਿ ਜਿਹੜੇ ਉਹ ਪੇਪਰ ਆ ਆਪਾਂ 9 ਮੰਥ ਵਾਲੇ ਪੇਪਰ ਆ ਉਹ ਵੀਰ ਜੀ ਨਿਕਲ ਰਹੇ ਆ, ਠੀਕ ਆ। ਇੱਥੇ ਪੇਪਰ ਹਾਲੇ ਬੰਦ ਨਹੀਂ ਹੋਏ, ਕਈਆਂ ਮੇਰਿਆਂ ਵੀਰਾਂ ਨੇ ਕਿਹਾ ਵਾ ਕਿ ਬੰਦ ਹੋ ਗਿਆ ਪੇਪਰ ਹੁਣ ਨਹੀਂ ਨਿਕਲਣੇ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਜਿਹੜੇ 9 ਮੰਥ ਵਾਲੇ ਪੇਪਰ ਆ ਉਹ ਵੀ ਇੱਥੇ ਨਿਕਲ ਰਹੇ ਆ, ਠੀਕ ਆ। ਬਟ ਨਿਕਲ ਕਿਹੜੇ ਰਹੇ ਆ ਕਿ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਵਾ ਕਿ ਨਿਕਲ ਰਹੇ ਸਿਰਫ ਹੁਣ ਮਤਲਬ ਕਿ ਚੁਣੇ ਪੇਪਰ ਨਿਕਲ ਰਹੇ ਆ, ਠੀਕ ਆ। ਚੁਣੇ ਪੇਪਰ ਦਾ ਮਤਲਬ ਕਿ ਯਾਨੀ ਕਿ ਜਿਨ੍ਹਾਂ ਦਾ ਮਾਲਕ ਬਹੁਤ ਵਧੀਆ ਵਾ, ਟੈਕਸ ਸਾਰਾ ਕੁਛ ਜਾਣਦਿਆ ਵਾ, ਉਹਦੇ ਕੋਲੋਂ ਪਹਿਲਾਂ ਬੰਦਿਆਂ ਦੀ ਮਤਲਬ ਕਿ ਬੰਦੇ ਥੋੜ੍ਹੇ ਆ ਉਹਦੇ ਕੋਲੋਂ, ਠੀਕ ਆ, ਉਸਦਾ ਮਤਲਬ ਕਿ ਟੈਕਸ ਦੇ ਸਕਦਾ ਵਾ, ਸਾਰਾ ਕੁਛ ਓਕੇ ਆ। ਸਿਰਫ ਉਹਨਾਂ ਦੇ ਪੇਪਰ ਨਿਕਲ ਰਹੇ ਸਾਰੀਆਂ ਸਿਟੀਆਂ ਦੇ ਵਿੱਚ, ਨਾਪੋਲੀ ਕੀ ਹੋਇਆ, ਰੋਮ ਕੀ ਹੋਇਆ, ਠੀਕ ਆ, ਦੂਜਾ ਬਾਰੀ ਕੀ ਹੋਇਆ, ਵਿਰੋਨਾ ਕੀ ਹੋਇਆ, ਸਾਰੀਆਂ ਜਿੰਨੀਆਂ ਸਿਟੀਆਂ ਨਾ ਉਹਨਾਂ ਦੇ ਵਿੱਚ ਪੇਪਰ ਜਿਹੜੇ ਆ ਸਿਰਫ ਇਹੋ ਨਿਕਲ ਰਹੇ ਆ, ਅਤੇ ਇਹ ਜਨਵਰੀ ਫਰਵਰੀ ਤੱਕ ਪੇਪਰ ਨਿਕਲਣੇ ਆ, ਉਸ ਤੋਂ ਬਾਅਦ ਹੋ ਸਕਦਾ ਵਾ ਕਿ ਖਤਮ ਹੋ ਜਾਣ, ਠੀਕ ਆ ਵੀਰ ਜੀ। ਅੱਜ ਆਪਣੀ ਸਿਰਫ ਇੰਨੀ ਵੀਡੀਓ ਸੀ, ਇਸ ਤੋਂ ਬਾਅਦ ਨੈਕਸਟ ਵੀਡੀਓ ਆਪਾਂ ਜਿਹੜੀ ਆ ਹੁਣ ਆਪਾਂ ਸ਼ੁਰੂ ਕਰੂੰਗਾ ਮੈਂ ਕਿ ਲੈਂਗੁਏਜ ਬਾਰੇ। ਕਈਆਂ ਵੀਰਾਂ ਨੇ ਮੈਨੂੰ ਇਹ ਵੀ ਕਿਹਾ ਕਿ ਲੈਂਗੁਏਜ ਬਾਰੇ ਸਾਨੂੰ ਮਤਲਬ ਕਿ ਥੋੜ੍ਹਾ ਜਿਹਾ ਸ਼ੁਰੂ ਕਰੋ ਕੋਈ ਨਾ ਕੋਈ ਵੀਡੀਓ, ਅਤੇ ਹੁਣ ਮੈਂ ਸ਼ੁਰੂ ਕਰਦਾ ਵਾਂ ਉਹਦੇ ਬਾਰੇ ਵੀ ਕਿ ਥੋੜ੍ਹੀ ਬਹੁਤੀ ਲੈਂਗੁਏਜ ਜਿੰਨੀ ਕੁ ਮੈਨੂੰ ਆਉਂਦੀ ਆ ਗੱਲਬਾਤ ਕਰਨ ਜੋਗੀ, ਅਤੇ ਉਹਦੀ ਆਪਾਂ ਵੀਡੀਓ ਆਪਾਂ ABC ਤੋਂ ਸ਼ੁਰੂ ਕਰਕੇ ਅਤੇ ਨੈਕਸਟ ਵੀਡੀਓ ਜਿਹੜੀ ਆਪਾਂ ਇੱਥੋਂ ਸ਼ੁਰੂ ਕਰਾਂਗੇ ਹੁਣ। ਅਤੇ ਇੰਨੀ ਗੱਲਬਾਤ ਕਰਦੇ ਹੋਏ ਵੀਰ ਜੀ ਆਪਾਂ ਹੁਣ ਓਕੇ ਅਤੇ ਬਾਏ, ਸਤਿ ਸ਼੍ਰੀ ਅਕਾਲ ਕਹੂੰਗਾ, ਟੇਕ ਕੇਅਰ ਕਹੂੰਗਾ, ਅਤੇ ਜਿੰਨੇ ਮੇਰੇ ਵੀਰ ਨੇ ਆਸਾਂ ਲਾਈਆਂ ਪੇਪਰਾਂ 'ਤੇ ਫਿਲਹਾਲ ਤਾਂ ਆਸ ਲਾਈ ਰੱਖਣ, ਅਤੇ ਜਦੋਂ ਵੀ ਆਸ ਮਤਲਬ ਕਿ ਖਤਮ ਹੋ ਜੂਗੀ ਬਿਲਕੁਲ, ਉਦੋਂ ਫਿਰ ਮੈਂ ਤੁਹਾਨੂੰ ਦੱਸ ਦੂੰਗਾ ਕਿ ਹਾਂਜੀ ਵੀ ਕਦੋਂ ਤੁਸੀਂ ਵੇਟ ਕਰਨੀ ਬੰਦ ਕਰ ਦਿਉ, ਹੁਣ ਬਹੁਤ ਮੁਸ਼ਕਲ ਹੈ। ਫਿਲਹਾਲ ਜਨਵਰੀ ਫਰਵਰੀ ਤੱਕ ਮੇਰੇ ਵੀਰ ਵੇਟ ਕਰੋ। ਓਕੇ ਬਾਏ, ਸਤਿ ਸ਼੍ਰੀ ਅਕਾਲ ਜੀ, ਟੇਕ ਕੇਅਰ।